ਅਕੇਲਾ ਵਿਪੱਖਸ਼ ਪੇ ਭਾਰੀ ਤੇ ਜਾਣੇ ਕੀ ਕਰ ਲਈ ਤਿਆਰੀ 2024 ਦੀ ਇਲੈਕਸ਼ਨ ਤੁਸੀਂ ਸਮਝ ਗਏ ਹੋ ਕਿ ਸਾਫ ਦੇ ਉਡ ਗਏ ਰੰਗ ਤੇ ਬਦਲ ਗਏ ਟੰਗ ਜੇ ਇਹੀ ਸਾਡੇ 9 ਸਾਲ ਦੇ ਵਿੱਚ 19 ਕਰੋੜ ਨੌਜਵਾਨਾਂ ਨੂੰ ਤੇ ਯੁਕਤੀਆਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤੇ ਅੱਜ ਪਕੌੜੇ ਤਲਣ ਦੀ ਨੌਬਤ ਨਹੀਂ ਸੀ ਆਣੀ ਹੁਣ ਜਨਾਬ ਨੂੰ ਨਜ਼ਰ ਆ ਰਿਹਾ ਹੈ ਕਿ ਪਕੌੜੇ ਕਿੰਨੂੰ ਤਲਨੇ ਪੈਣਗੇ ਇਹ ਇੱਕ ਜਿਹੜੀ ਹੈ ਬੜੀ ਵੱਡੀ ਕਸ਼ਮਕਸ਼ ਹੈ। ਇਸ ਵੇਲੇ ਜਿਹੜੀਆਂ ਰਾਇਲੀਆਂ ਨੂੰ ਸੰਬੋਧਨ ਕਰ ਰਹੇ ਨੇ ਸਾਡੇ ਵਿਸ਼ਵ ਗੁਰੂ ਉਹ ਵਿਚਾਰੇ ਅਲੱਗ-ਥਲਕ ਪੜ ਗਏ ਨੇ, ਖੱਲੇ ਪੈ ਗਏ ਨੇ। ਅੰਧ ਭਗਤ ਜਿਹੜੇ ਨੇ ਉਹ ਵੀ ਸਾਥ ਛੱਡ ਗਏ ਨੇ ਕਿਉਂਕਿ ਉਹਨਾਂ ਦੀ ਵੀ ਬਥੇਰੀ ਜਿਹੜੀ ਹੈ ਫਜ਼ੀਅਤ ਸੋਸ਼ਲ ਮੀਡੀਆ ਤੇ ਹੋ ਜਾਂਦੀ ਏ, ਸੋਸ਼ਲ ਗੈਦਰਿੰਗ ਵਿੱਚ ਹੋ ਜਾਂਦੀ ਏ, ਪਬਲਿਕ ਦੇ ਵਿੱਚ ਹੋ ਜਾਂਦੀ ਏ ਤੇ ਉਹ ਵੀ ਕਿਸੇ ਨੂੰ ਮੂੰਹ ਵਿਖਾਣ ਜੋਗੇ ਨਹੀਂ ਰਹਿ ਗਏ ਇਹ ਸਾਰੇ ਕਾਸੇ ਦੇ ਵਿੱਚ ਇਹ ਜਿਹੜੇ 9.5 ਸਾਲ ਆਪਾਂ ਜੁਮਲੇ ਛੱਡੇ ਨੇ ਪ੍ਰਧਾਨ ਸੇਵਕ ਜੀ ਇਹ ਉੱਥੇ ਦਾ ਨਤੀਜਾ ਹੈ ਇਸ ਦੇ ਉੱਤੇ ਤੁਸੀਂ ਕਦੀ ਗੱਲ ਨਹੀਂ ਕੀਤੀ ਮੰਦੀ ਬਾਤ ਫਟ ਤੁਸੀ ਛਾਲ ਮਾਰ ਕੇ ਆਲ ਇੰਡੀਆ ਰੇਡੀਓ ਤੇ ਪਹੁੰਚ ਜਾਂਦੇ ਹੋ ਟੀਵੀ ਚੈਨਲਾਂ ਤੇ ਪ੍ਰਸਾਰਣ ਹੋ ਜਾਂਦਾ ਗੋਦੀ ਮੀਡੀਏ ਦੇ ਜਿੰਨੂੰ ਕੋਈ ਵੇਖਦਾ ਨਹੀਂ ਤੇ ਟੀਆਰਪੀ ਦਾ ਬੇੜਾ ਘਰ ਕੋਸੇ ਤਰ੍ਹਾਂ ਹੋ ਗਿਆ ਜਿਵੇਂ ਤੁਸੀਂ ਆਪਣਾ YouTube ਚੈਨਲ ਸ਼ੁਰੂ ਕੀਤਾ ਸੀ ਤੇ ਸਬਸਕ੍ਰਾਈਬਰ ਹੀ ਕੋਈ ਨਹੀਂ ਸੀ ਲੱਭਿਆ ਤੁਹਾਡੇ ਅੰਧ ਭਗਤਨੀ ਚ ਆਏ ਤੇ ਇੱਕ ਅੰਧ ਭਗਤਨੀ ਹੋਰ ਪੜਨ ਜਿਹੜੀ ਐ ਤੁਸੀਂ ਨਾਲ ਰੱਖੀ ਹੋਈ ਐ ਟੰਗਨਾਰਨੋਥ ਜਿਹਨੂੰ ਵਾਈ ਸਿਕਿਉਰਿਟੀ ਦਿੱਤੀ ਹੋਈ ਐ ਤੁਸੀਂ ਉਹਨੇ ਕੀ ਗੁਲ ਖਲਾਏ ਤੁਹਾਡੀ ਭਾਜਪਾ ਨੂੰ ਬਚਾਉਣ ਦੀ ਖਾਤਰ ਵੱਖਰੇ ਵੱਖਰੇ ਜੁਮਲੇ ਨਿਪਟਾਏ ਉਹਨੇ ਤੇ ਅੱਜ ਹਾਲਾਤ ਇਦਾਂ ਦੇ ਨੇ ਕਿ ਫਿਲਮਾਂ ਵਿੱਚੋਂ ਫਲॉप ਹੋਣ ਤੋਂ ਬਾਅਦ ਬੀਬਾ ਨੇ ਜਿਹੜਾ ਰੁਖ ਕੀਤਾ ਹੈ ਰਾਜਨੀਤੀ ਦਾ ਇਲੈਕਸ਼ਨ ਲੜਨ ਦੀਆਂ ਗੱਲਾਂ ਕਰਦੀ ਹੈ ਪਹਿਲੇ ਉਹਨੇ ਮੰਡੀ ਲੋਕ ਸਭਾ ਦੀ ਇਲੈਕਸ਼ਨ ਸੀਟ 'ਤੇ ਈਸੀ ਆਪਣੇ ਆਪ ਹੀ ਡਿਕਲੇਅਰ ਕਰ ਲਈ ਸੀ ਕਿ ਉਹ ਤੁਹਾਡੇ ਤੋਂ ਵੀ ਸੁਪਰ ਹੋ ਗਈ ਹੈ ਇਹ ਜਾਂ ਸਰਬ ਹੋ ਗਈ ਹੈ ਇਹ ਕੌਣ ਦੱਸੇਗਾ ਲੇਕਿਨ ਇੱਕ ਚੀਜ਼ ਸਾਫ਼ ਤੇ ਸਪਸ਼ਟ ਤੌਰ ਤੇ ਨਜ਼ਰ ਆ ਰਹੀ ਹੈ ਹੁਣ ਤੁਹਾਡੀ ਜਿਹੜਾ ਅਯਾਸ਼ੀ ਦਾ 9.5 ਸਾਲ ਦਾ ਦੌਰ ਸੀ ਤੁਸੀਂ ਟੈਕ ਕੇ ਕੋਈ ਕੰਮ ਤਾਂ ਕੀਤਾ ਨਹੀਂ ਦੇਸ਼ ਲਈ ਤੇ ਮੇਕ ਇਨ ਇੰਡੀਆ ਦਾ ਨਾਅਰਾ ਵੀ ਝੂਠਾ ਬਣ ਗਿਆ ਪਕੌੜੇ ਤਲਣ ਦਾ ਨਾਅਰਾ ਵੀ ਝੂਠਾ ਬਣ ਗਿਆ ਕੀ ਹੁਣ ਤੁਸੀਂ ਆਪਣੇ ਜਿਹੜੇ 272 ਦਾ ਅੰਕੜਾ ਸੀ ਤੁਹਾਡਾ ਜਾਂ 300 ਦਾ ਅੰਕੜਾ ਸੀ ਤੁਹਾਡਾ ਉਹਨਾਂ ਨੂੰ ਪਕੌੜੇ ਤਲਣ ਲਈ ਟ੍ਰੇਨਿੰਗ ਕੈਂਪ ਲਗਾਓਗੇ ਜਾਂ ਨਹੀਂ ਲਗਾਓਗੇ ਇਹ ਚੀਜ਼ ਜ਼ਰੂਰ ਦੱਸਿਓ ਤੁਸੀਂ ਇੱਕ ਚੀਜ਼ ਵਾਰ-ਵਾਰ ਕਰ ਰਹੇ ਹੋ ਇੱਕ ਜਗ੍ਹਾ ਤੇ ਤੁਸੀਂ ਆਪਣੀਆਂ ਗਰੰਟੀਆਂ ਦਿੱਤੀਆਂ ਇੱਕ ਸਟੇਟ ਦੇ ਵਿੱਚ ਜਾ ਕੇ ਜਿਹਨੂੰ ਮੁਫੱਦੀਆਂ ਰਿਓੜੀਆਂ ਕਹਿੰਦੇ ਸੌ ਤੇ ਉਹਦੇ ਥੱਲੇ ਆਪਣੇ ਦਖਤ ਕਰ ਦਿੱਤੇ ਨੇ ਵੀ ਮੋਦੀ ਜੀ ਦੀ ਗਰੰਟੀ ਤੇ ਮੋਦੀ ਜੀ ਜਿਹੜੀਆਂ 9.5 ਥਾਲੀ ਤੇ ਜੁਮਲਿਆਂ ਦੀਆਂ ਗਰੰਟੀਆਂ ਦਿੱਤੀਆਂ ਉਹਦਾ ਕੀ ਬਣੇਗਾ ਇਹ ਇੱਕ ਬੜਾ ਵੱਡਾ ਸਵਾਲ ਹੈ ਜਿੰਨੇ ਤੁਹਾਨੂੰ ਪਾ ਦਿੱਤਾ ਇਮਤਿਹਾਨ ਦੇ ਵਿੱਚ ਤੇ ਤੁਹਾਡੇ ਥਿੰਕ ਟੈਂਕ ਨੇ ਤੁਹਾਨੂੰ ਮਰਵਾ ਦਿੱਤਾ ਹੈ ਇਦੇ ਵਿੱਚ ਇਹ ਵਿਦੇਸ਼ੀ ਹੱਥ ਦਾ ਇੱਕ ਜਿਹੜਾ ਜੁਮਲਾ ਉਹ ਵੀ ਯਾਦ ਆਇਆ ਵੀ ਇਹਦੇ ਵਿੱਚ ਕਿਹਦਾ ਵਿਦੇਸ਼ੀ ਹੱਥ ਹੈ ਤੁਹਾਡੇ ਵਰਗੇ شریف ਸ਼ਰਾਫਤ ਦਾ ਸੱਜਣ ਨੂੰ ਇਸ ਅੱਗ ਦੇ ਵਿੱਚ ਕਿੰਨੇ ਛੋਕਿਆ ਇਹ ਕੋਈ ਸਮਝ ਨਹੀਂ ਆਇਆ ਤੇ ਨਾ ਹੀ ਕੋਈ ਸਪਸ਼ਟੀਕਰਨ ਆਇਆ ਤੇ ਨਾ ਹੀ ਕਿਸੇ ਨੇ ਕੋਈ ਦੱਸਿਆ ਅਜਿਹਾ ਕਿਉਂ ਹੋਇਆ ਤੁਹਾਡੇ ਨਾਲ ਇਹ ਇੱਕ ਸੋਚਣ ਵਾਲੀ ਗੱਲ ਹੈ 18 ਘੰਟੇ ਤੋਂ થી ਕੰਮ ਕਰਦੇ ਰਹੇ ਤੇ ਕੰਮ ਦੇ ਵਿੱਚ ਕਦਮ ਕਿੱਥੋਂ ਆ ਗਿਆ ਇਹ ਜਿਹੜੀ ਇਹ ਗੱਲ ਕਰਨੀ ਸੀ ਤੁਹਾਡੇ ਨਾਲ ਮੰਦੀ ਵੀਡੀਓ ਭਾਵੇਂ ਆਪਣੇ ਦੇਸ਼ਵਾਸੀਆਂ ਦੇ ਨਾਲ ਮੰਦੀ ਬਾਤ ਤੁਸੀਂ ਕਰ ਸਕੋ ਜਾਂ ਨਾ ਕਰ ਸਕੋ ਕਿੰਨੀਆਂ ਕਰ ਸਕੋ ਜਾਂ ਨਾ ਕਰ ਸਕੋ ਲੇਕਿਨ ਚਲਤੇ ਚਲਤੇ यूं ही ਕੋਈ ਮਿਲ ਗਿਆ ਥਾ ਇਹ ਜ਼ਰੂਰ ਯਾਦ ਰੱਖਣਾ ਇਹ ਜਿਹੜੀ ਗੱਲ ਹੈ ਦੇਸ਼ਵਾਸੀਆਂ ਨੂੰ ਜਿਹੜੀ ਹੈ ਦੇਸ਼ਵਰ ਸਿੰਘ ਨੇ ਹਰ ਅਤਿਆਚਾਰ ਸਹਿ ਲਿਆ ਲੇਕਿਨ ਉਹਨਾਂ ਨੇ ਉਫ ਨਹੀਂ ਕੀਤੀ ਤੇ ਉਫ ਹੁਣ ਵੀ ਨਹੀਂ ਕਰਨੀ 2024 ਦੇ ਨਤੀਜੇ ਦਰਸਨਗੇ ਜੇ EVM ਨੇ ਤੁਹਾਡਾ ਸਾਥ ਨਾ ਦਿੱਤਾ ਗੱਲ ਇਨੀਆਂ ਕੁ ਨਾਲ ਕਰ ਤਾਂ ਸਾਥੀ ਕਲ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਮੋਦੀ ਜੀ ਤੇ ਅੰਦ ਭਗਤਾਂ ਦੇ ਹੱਥ ਵਿੱਚ ਪਹੁੰਚਾ ਦੇਣੀ ਤਾਂ ਕਿ ਇਸ ਚੀਜ਼ ਦਾ ਖਿਆਲ ਤੇ ਅਨੁਮਾਨ ਲਗਾਇਆ ਜਾ ਸਕੇ ਕਿ ਇਹੋ ਜਿਹੇ ਨੇਤਾ ਰਾਜਨੇਤਾ ਜੋ ਮਲੇ ਵਾਲਾ ਫੇਤਾ ਹਾਂ ਕੋਈ ਨਾ ਆਵੇ ਤੇ ਦੇਸ਼ ਦੀ ਜਿਹੜੀ ਸਲਾਮਤੀ ਮੰਗਦਾ ਇਸ ਦੀ ਸਲਾਮਤੀ ਨੂੰ ਕਿੰਨੇ ਠਾ ਲਈ ਇਹ ਤੁਸੀਂ ਜਾਂਦੇ ਜਾਂਦੇ ਕਮਿਸ਼ਨ ਜ਼ਰੂਰ ਭਾ ਕੇ 2-3 ਮਹੀਨਿਆਂ ਹੀ ਫੈਸਲਾ ਕਰਾ ਦਿਓ